ਤੁਸੀਂ ਦੇਖ ਰਹੇ ਹੋ ਚੱਗ ਟੀਵੀ ਮੈਂ ਹਾਂ ਕਮਲਦੀਪ ਕੌਰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਠੀਕ 10 ਦਿਨ ਰਹਿ ਗਏ ਨੇ ਇਸ ਦੌਰਾਨ ਵਿਰੋਧੀ ਤੇ ਇੱਕ ਦੂਜੇ ਤੇ ਹਮਲਾ ਕਰਨ ਤੇ ਹੱਥ ਤੋਂ ਮੌਕਾ ਜਾਣ ਨਹੀਂ ਦੇ ਰਹੇ ਐਸੇ ਲੜੀ ਚ ਕਾਂਗਰਸ ਦੇ ਮੈਨੀਫੈਸਟ ਕਮੇਟੀ ਦੇ ਚੇਅਰਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਦੀ ਖਰੀਦ ਫਰੋਖਤ ਦੇ ਇਲਜ਼ਾਮ ਲਗਾਏ ਨੇ ਤੇ ਇਸ ਮੌਕੇ ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੂਰੇ ਸਵਾਲਾਂ ਦੀ ਝੜੀ ਲਗਾ ਦਿੱਤੀ ਤੇ ਕਿਹਾ ਸੁਖਬੀਰ ਬਾਦਲ ਟਿਕਟਾਂ ਦੀ ਪੇਮੈਂਟ ਕੈਸ਼ ਲੈਂਦੇ ਆ ਜਾਂ ਚੈੱਕ ਦੇਖੋ ਇਸ ਮੌਕੇ ਕੀ ਕੁਝ ਕਿਹਾ ਪ੍ਰਤਾਪ ਬਾਜਵਾ ਨੇ ਇਹ ਚੈੱਕ ਲੈ ਕੇ ਦਿੰਦਾ ਇਹ ਮੈਨੂੰ ਦੱਸਿਆ ਨਾ ਜਿਹੜਾ ਇਹ ਲੈਂਦੇ ਨੇ ਸਰ ਸੁਖਬੀਰ ਸਿੰਘ ਬਾਦਲ ਇਹ ਚੈੱਕ ਦੇ ਜ਼ਰੀਏ ਪੇਮੈਂਟ ਲੈਂਦੇ ਨੇ ਥੋੜ੍ਹਾ ਜਵਾਬ ਇਹਦਾ ਦੇ ਦੇਣ ਇੱਥੇ ਵੀ ਕਈ ਫਿਰਦੇ ਜਿਹਨਾਂ ਵਿਚਾਰਿਆਂ ਨੇ ਸਾਰੀ ਆਪਣੀ ਜਾਇਦਾਦ ਵੇਚਤੀ ਹੈ ਟਿਕਟਾਂ ਲਿਆਉਣ ਵਾਸਤੇ ਉਹਦਾ ਜਵਾਬ ਦੇਣ ਨਾ ਉਹਦੇ ਕੋਲ ਚੈੱਕ ਲਿਆ ਕਿ ਕੈਸ਼ ਲਿਆ ਨੇ ਤੁਹਾਨੂੰ ਸਮਝ ਤਾਂ ਆ ਗਈ ਹੈ ਜੇ ਨਹੀਂ ਸਮਝ ਆਈ ਤਾਂ ਜਿਹਨਾਂ ਨੇ ਸੁਣ ਲਈ ਉਹਨਾਂ ਨੂੰ ਸਮਝ ਆ ਜਾਏਗੀ ਮੈਂ ਕਹਿ ਕੀ ਰਿਹਾ ਹਾਂਜੀ मीडिया लोकतंत्र का अहम अंग मन्या जाता है पर साफ स्पष्ट ते निरपक्षता मीडिया की अहम कड़ी मनी जाती है पर सर्वेखणा नूं लैके मीडिया की जिम्मेवारी ते निरपक्षता नूं लैके कई तरह के सवाल उठते ने खास करके चोणां वेले पर चकदे टीवी ते सर्वेखण होए 99% सच साबित एक बार फिर चकदे टीवी लैके आ रहा है पंजाब दियां हॉट सीटां दा सर्वेखण देखना ना भुल्यो चकदे टीवी दे यूट्यूब फेसबुक ते आईपीटीवी ते